ਪੈਦਾ ਕੀਤੇ ਹੈ। ਕਈ ਇੰਦਰ ਦੀ ਪੂਜਾ ਕਰਦੇ, ਉਹ ਇੰਦਰ ਨੂੰ ਹੀ ਰੱਬ ਸਮਝੀ ਬੈਠੇ, ਇੰਦਰ ਨੂੰ ਹੀ ਅੰਨਦਾਤਾ ਸਮਝਦੇ ਹੈ। ਉਹ ਕਹਿੰਦੇ ਜੇ ਇੰਦਰ ਮੀਂਹ ਨਾ ਪਾਵੇਗਾ ਤਾਂ ਅਸੀਂ ਭੁੱਖੇ ਮਰ ਜਾਵਾਂਗੇ। ਇਹਦਾ ਭਰਮ ਤਾਂ ਸ੍ਰੀ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਨੇ ਦੁਆਪਰ ਯੁੱਗ ਵਿੱਚ ਦੂਰ ਕਰ ਦਿੱਤਾ ਸੀ, ਕਿਉਂਕਿ ਦੁਆਪਰ ਯੁੱਗ ਦੇ ਵਿੱਚ ਗਵਾਲੇ ਜਿਨ੍ਹਾਂ ਦੇ ਘਰ ਭਗਵਾਨ ਕ੍ਰਿਸ਼ਨ ਜੀ ਰਹੇ ਨੇ ਉਹ ਗਵਾਲੇ ਸੀਗੇ। ਪਿਤਾ ਆਨੰਦ ਸੀਗਾ, ਮਾਤਾ ਯਸ਼ੋਦਾ ਸੀ, ਅਤੇ ਉਹ ਸਾਰੀ ਗਵਾਲਿਆਂ ਦੀ ਅਹੀਰਾਂ ਦੀ ਜੋ ਬਰਾਦਰੀ ਸੀ ਉਹ ਗਊਆਂ ਪਾਲਦੇ ਸੀ, ਗਊਆਂ ਦਾ ਦੁੱਧ ਵੇਚਦੇ ਸੀ, ਉਹਦੇ ਨਾਲ ਹੀ ਗੁਜ਼ਾਰਾ ਚੱਲਦਾ ਸੀ। ਦੁੱਧ ਘਿਓ ਉਹਨਾਂ ਦੇ ਘਰ ਬਹੁਤ ਸੀ, ਇਸੇ ਕਰਕੇ ਭਗਵਾਨ ਕ੍ਰਿਸ਼ਨ ਜੀ ਨੂੰ ਮੱਖਣ ਖਾਂਦੇ ਦਿਖਾਇਆ ਗਿਆ ਹੈ। ਤੋ ਇੱਕ ਦਿਨ ਭਗਵਾਨ ਕ੍ਰਿਸ਼ਨ ਜੀ ਨੇ ਦੇਖਿਆ ਵੀ ਪਿਤਾ ਆਨੰਦ ਅਤੇ ਮਾਤਾ ਯਸ਼ੋਦਾ ਅਤੇ ਪਿੰਡ ਦੇ ਸਾਰੇ ਬੁੱਢੇ ਬਜ਼ੁਰਗ ਅਤੇ ਬੀਬੀਆਂ ਅਤੇ ਜਵਾਨ ਅਤੇ ਬੱਚੇ ਇਕੱਠੇ ਹੋ ਕੇ ਬੜੀ ਵੱਡੀ ਕੋਈ ਪ੍ਰੋਗਰਾਮ ਦੀ ਪਲੈਨਿੰਗ ਕਰ ਰਹੇ ਆ, ਬਹੁਤ ਵੱਡਾ ਤਿਆਰਾ ਕਰ ਰਹੇ, ਜਿਵੇਂ ਕੋਈ ਜੱਗ ਕਰਨਾ ਹੁੰਦਾ। ਭਗਵਾਨ ਕ੍ਰਿਸ਼ਨ ਜੀ ਨੇ ਆਪਣੇ ਪਿਤਾ ਨੂੰ ਪੁੱਛਿਆ ਕਿ ਪਿਤਾ ਜੀ ਇਹ ਕਾਹਦੀ ਤਿਆਰੀ ਕਰ ਰਹੇ ਹੋ? ਦਸਮ ਪਾਤਸ਼ਾਹ ਜੀ ਨੇ ਇੱਕ ਕਥਾ ਕ੍ਰਿਸ਼ਨ ਅਵਤਾਰ ਦੇ ਅੰਤਰਗਤ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਅੰਦਰ ਵੀ ਲਿਖੀ ਹੈ। ਪਿਤਾ ਜੀ ਕਹਿਣ ਲੱਗੇ, ਪੁੱਤਰ ਕ੍ਰਿਸ਼ਨ ਤਿਆਰੀ ਕਰ ਰਹੇ ਹਾਂ, ਆਇਓ ਹੋਇਆ ਇੰਦਰ ਕੀ ਪੂਜਾ ਕੋ ਦਿਓ। ਉਸ ਇੰਦਰ ਦੀ ਪੂਜਾ ਦਾ ਦਿਨ ਆ ਗਿਆ, ਸਾਲ ਪਿੱਛੋਂ ਅਸੀਂ ਇੰਦਰ ਦੀ ਪੂਜਾ ਕਰਦੇ ਹਾਂ, ਇੰਦਰ ਦੇਵਤਾ ਉਹਨੂੰ ਅਸੀਂ ਖੁਸ਼ ਕਰਦੇ ਹਾਂ। ਜਦੋਂ ਉਹਦੀ ਪੂਜਾ ਕਰਾਂਗੇ ਉਹ ਮੀਂਹ ਪਾਵੇਗਾ, ਅਤੇ ਮੀਂਹ ਪਾਉਣ ਨਾਲ ਫਿਰ ਘਾਹ ਹੋਵੇਗਾ, ਘਾਹ ਖਾ ਕੇ ਸਾਡੀਆਂ ਗਊਆਂ ਦੁੱਧ ਦੇਣਗੀਆਂ, ਦੁੱਧ ਤੋਂ ਮੱਖਣ ਮਿਲੇਗਾ, ਪੁੱਤਰ ਆਪਣਾ ਗੁਜ਼ਾਰਾ ਚੱਲੇਗਾ। ਕਿਉਂਕਿ ਘਾਹ ਹੋਵੇਗਾ ਤਾਂ ਹੀ ਗਊਆਂ ਦੁੱਧ ਦੇਣਗੀਆਂ। ਉੱਠੈ ਘਾਹ ਚਰਹਿ ਨਿਤ ਸੁਰਹੀ ਸਾਹ ਧਨ ਦਹੀ ਬਿਲੋਵੈ। ਗੁਰੂ ਗ੍ਰੰਥ ਸਾਹਿਬ ਜੀ ਵੀ ਪੰਕਤੀ ਆਈ ਹੈ ਵੀ ਮੀਂਹ ਪੈਣ ਦੇ ਨਾਲ ਘਾਹ ਹੁੰਦਾ, ਘਾਹ ਨਾਲ ਗਊਆਂ ਦੁੱਧ ਦਿੰਦੀਆਂ ਨੇ, ਉਹਨਾਂ ਦੀ ਖੁਰਾਕ ਹੈ। ਇੰਦਰ ਦੀ ਪੂਜਾ ਇਸ ਕਰਕੇ ਕਰਦੇ ਹਾਂ ਬਈ ਇੰਦਰ ਸਾਨੂੰ ਸਾਰਿਆਂ ਨੂੰ ਪਾਲਦਾ ਹੈ, ਉਹ ਦੇਵਤਿਆਂ ਦਾ ਰਾਜਾ ਹੈ। ਸੁਣ ਕੇ ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ, ਬਾਪੂ ਜੀ ਆਪਾਂ ਐਤਕੀ ਇੰਦਰ ਦੀ ਪੂਜਾ ਨਹੀਂ ਕਰਨੀ, ਆਪਾਂ ਨਹੀਂ ਪੂਜਾ ਕਰਨੀ ਇੰਦਰ ਦੀ। ਇੰਦਰ ਕੌਣ ਹੈ ਵਿਚਾਰਾ ਜਿਹਨੂੰ ਸਾਡੇ ਸ਼ਹਿਰ ਦੀਆਂ ਧੀਆਂ ਭੈਣਾਂ ਜਾ ਕੇ ਪੂਜਣ, ਅਸੀਂ ਤਾਂ ਪਰਮੇਸ਼ਰ ਨੂੰ ਪੂਜਣਾ। ਉਹ ਵਿਚਾਰੇ ਗਵਾਲੇ ਸੀਗੇ, ਉਹਨਾਂ ਦੀ ਗੱਲ ਸਮਝ ਨਾ ਆਈ। ਕਿਉਂਕਿ ਜਿਹੜਾ ਬੰਦਾ ਨਾ ਦੇਹ ਦੀ ਪੂਜਾ ਵਿੱਚ ਲੱਗਾ ਹੋਵੇ, ਕਰਮ ਕਾਂਡ 'ਚ ਲੱਗਾ ਹੋਵੇ, ਉਹਨੂੰ ਅਧਿਆਤਮ ਦੀ ਗੱਲ ਸਮਝਾਓ ਨਹੀਂ ਸਮਝ ਪੈਂਦੀ, ਬੜੀ ਔਖੀ ਗੱਲ ਹੈ। ਇਹ ਤਾਂ ਪੌੜੀਆਂ ਹੌਲੇ ਹੌਲੇ ਚੜ੍ਹੀਆਂ ਜਾਂਦੀਆਂ। ਭਗਵਾਨ ਕ੍ਰਿਸ਼ਨ ਜੀ ਕਹਿੰਦੇ ਵੀ ਪਰਮੇਸ਼ਰ ਹੈ ਮੀਂਹ ਪਾਉਣ ਵਾਲਾ, ਇੰਦਰ ਕੌਣ ਹੈ? ਗੁਰਬਾਣੀ ਵੀ ਕਹਿੰਦੀ ਮੀਂਹ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਇੰਦਰ ਤਾਂ ਉਹਦੇ ਹੁਕਮ ਵਿੱਚ ਵੱਸਦਾ, ਜੇ ਵਾਹਿਗੁਰੂ ਦੀ ਆਗਿਆ ਹੁੰਦੀ ਹੈ, ਹੁਕਮ ਹੁੰਦਾ ਹੈ ਮੇਘ ਨੂੰ ਫੁਰਮਾਣ ਹੋਵਾ ਵਰਸੋ ਕਿਰਪਾ ਧਾਰ, ਤੇ ਉਹ ਵੱਸਦਾ ਅਤੇ ਅਸੀਂ ਉਹਦੀ ਪੂਜਾ ਕਰੀਏ ਜਿਹੜਾ ਵੱਡਾ। ਪਰ ਉਹ ਵਿਚਾਰਿਆਂ ਨੂੰ ਗੱਲ ਸਮਝ ਨਾ ਆਈ, ਕਹਿਣ ਲੱਗੇ ਪੁੱਤਰ ਨਵੀਆਂ ਜਿਹੀਆਂ ਗੱਲਾਂ ਕਰਦਾ, ਸਾਨੂੰ ਨਹੀਂ ਤੇਰੀ ਗੱਲ ਸਮਝ ਆਉਂਦੀ। ਸਾਰੇ ਮਹਾਂਪੁਰਸ਼ ਰਿਸ਼ੀ ਮੁਨੀ ਵੇਦ ਸ਼ਾਸਤਰ ਇੰਦਰ ਦੀ ਗੱਲ ਕਰਦੇ ਆ ਵੀ ਇੰਦਰ ਮੀਂਹ ਪਾਉਂਦਾ, ਤੂੰ ਕਹਿੰਦਾ ਇੰਦਰ ਨਹੀਂ ਪਾਉਂਦਾ। ਭਗਵਾਨ ਕਹਿਣ ਲੱਗੇ ਤੁਸੀਂ ਸਾਡੀ ਗੱਲ ਮੰਨੋ, ਇੰਦਰ ਦੀ ਪੂਜਾ ਛੱਡੋ ਅਤੇ ਤੁਸੀਂ ਨਾਮ ਜਪੋ। ਕਹਿੰਦੇ ਜੀ ਸਾਨੂੰ ਨਹੀਂ ਸਮਝ ਆਉਂਦੀ, ਕਿਹਦੀ ਪੂਜਾ ਕਰੀਏ ਫਿਰ, ਸਾਨੂੰ ਹੋਰ ਦੱਸ ਦੇ। ਭਗਵਾਨ ਨੇ ਵੇਖਿਆ ਵੀ ਇਹ ਵਿਚਾਰੇ ਕਰਮ ਕਾਂਡ ਤੋਂ ਉੱਪਰ ਜਾ ਨਹੀਂ ਸਕਦੇ, ਉਹਨਾਂ ਨੇ ਉਹ ਗੱਲ ਟਲਾਉਣ ਵਾਸਤੇ ਉੱਥੇ ਇੱਕ ਗੋਵਰਧਨ ਪਰਬਤ ਹੈ, ਉਹਦਾ ਨਾਮ ਹੈ ਗੋਵਰਧਨ, ਉਹ ਗੋਵਰਧਨ ਪਰਬਤ ਦੀ ਭਗਵਾਨ ਕਹਿੰਦੇ ਇਹਦੀ ਪੂਜਾ ਕਰ ਲਓ, ਕਿਉਂਕਿ ਇਹਦੇ ਉੱਤੇ ਘਾਹ ਹੁੰਦਾ, ਆਪਣੀਆਂ ਗਊਆਂ ਇਹਦੇ 'ਤੇ ਚੁਗਦੀਆਂ ਰਹਿੰਦੀਆਂ ਸਾਰਾ ਦਿਨ, ਅਤੇ ਆਪਾਂ ਇਹਦੇ ਤੋਂ ਖਾਂਦੇ ਹਾਂ, ਇਹਦੀ ਪੂਜਾ ਕਰ ਲਓ। ਉਹਨਾਂ ਗਵਾਲਿਆਂ ਨੇ ਉਸ ਸਾਲ ਇੰਦਰ ਦੀ ਪੂਜਾ ਛੱਡ ਕੇ ਅਤੇ ਪਹਾੜ ਦੀ ਪੂਜਾ ਕੀਤੀ ਗੋਵਰਧਨ। ਜਦੋਂ ਗੋਵਰਧਨ ਦੀ ਪੂਜਾ ਕੀਤੀ, ਇੰਦਰ ਦੀ ਪੂਜਾ ਨਾ ਹੋਈ ਤਾਂ ਇੰਦਰ ਨੂੰ ਬੜਾ ਗੁੱਸਾ ਚੜ੍ਹਿਆ ਵੀ ਮੇਰੀ ਪੂਜਾ ਛੱਡ ਦਿੱਤੀ ਇਹਨਾਂ ਨੇ,
ਹੁਣ ਜਿਹੜੇ ਬੰਦੇ ਨੂੰ ਕੋਈ ਮਾਣ ਸਤਿਕਾਰ ਮਿਲਦਾ ਹੋਵੇ ਉਹਦਾ ਖੁਸ ਜਾਵੇ, ਉਹਨੂੰ ਗੁੱਸਾ ਤਾਂ ਚੜ੍ਹਨਾ ਹੀ ਸੀ। ਇੰਦਰ ਨੇ ਆਪਣੀ ਫੌਜ ਭੇਜ ਦਿੱਤੀ ਮੇਘ ਬੱਦਲਾਂ ਨੂੰ ਵੀ, ਜਾਓ ਇਹ ਸਾਰਾ ਬ੍ਰਿਜ ਦਾ ਇਲਾਕਾ ਤਬਾਹ ਕਰ ਦਿਓ, ਇਹਨਾਂ ਦੇ ਘਰ ਘਾਟ ਉਜਾੜ ਦਿਓ। ਇੰਨਾ ਮੀਂਹ ਆਇਆ ਵੀ 7 ਦਿਨ 7 ਰਾਤਾਂ ਲਗਾਤਾਰ ਮੀਂਹ ਪੈਂਦਾ ਰਿਹਾ, ਹਟਿਆ ਹੀ ਕੋਈ ਨਾ। ਜਦੋਂ ਮੀਂਹ ਨਾ ਹਟਿਆ, ਦੁਨੀਆ ਡੁੱਬਣ ਲੱਗੀ ਅਤੇ ਭਗਵਾਨ ਕ੍ਰਿਸ਼ਨ ਕੋਲ ਆ ਕੇ ਗਵਾਲੇ ਕਹਿੰਦੇ, ਤੂੰ ਮਰਵਾਇਆ ਸਾਨੂੰ, ਜੇ ਤੂੰ ਸਾਨੂੰ ਨਾ ਪੁੱਠੇ ਰਾਹ ਪਾਉਂਦਾ, ਇਹ ਪਰਬਤ ਦੀ ਪੂਜਾ 'ਤੇ ਲਾ ਤਾ ਸਾਨੂੰ, ਇੰਦਰ ਰੁੱਸ ਗਿਆ, ਹੁਣ ਸਾਡਾ ਬੇੜਾ ਗਰਕ ਕਰਕੇ ਛੱਡੇਗਾ, ਰੋੜ ਕੇ ਛੱਡੇਗਾ ਸਾਨੂੰ, ਉਧਰੋਂ ਜਮਨਾ ਭਰਦੀ ਜਾ ਰਹੀ ਹੈ, ਸਾਨੂੰ ਬਚਾਓ, ਹੁਣ ਤੁਹਾਡੀ ਜ਼ਿੰਮੇਵਾਰੀ ਹੈ, ਬਚਾਓ ਸਾਨੂੰ। ਉਦੋਂ ਭਗਵਾਨ ਕ੍ਰਿਸ਼ਨ ਜੀ ਨੇ ਆਪਣੀ ਮਾਇਆ ਦੇ ਨਾਲ, ਯੋਗ ਮਾਇਆ ਦੇ ਨਾਲ, ਉਹ ਜਿਹੜਾ ਪਹਾੜ ਸੀ ਉਹ ਇੱਕ ਉਂਗਲੀ 'ਤੇ ਚੱਕ ਲਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਆਉਂਦੇ ਨੇ, ਗੋਬਰ ਧਨ ਧਾਰੀ ਮੁਰਲੀ ਮਨੋਹਰ ਹਰ ਰੰਗਾ, ਮੋਹਨ ਮਾਧਵ ਕ੍ਰਿਸ਼ਨ ਮਾਰੂ ਰਾਗ ਦੇ ਵਿੱਚ ਸ਼ਬਦ ਹੈ। ਉਹ ਭਗਵਾਨ ਨੇ ਉਦੋਂ ਪਹਾੜ ਉੱਪਰ ਚੁੱਕ ਕੇ ਜਿਵੇਂ ਛਤਰੀ ਕਰੀ ਦੀ ਹੈ ਨਾ, ਸਾਰੇ ਲੋਕਾਂ ਨੂੰ ਥੱਲੇ ਕਰ ਲਿਆ, ਉਹਨਾਂ ਦੇ ਪਸ਼ੂ ਪਹਾੜ ਦੇ ਥੱਲੇ ਕਰ ਲਏ, ਪਹਾੜ ਉੱਪਰ ਛਤਰੀ ਕਰਕੇ ਪਹਾੜ ਦੀ, ਅਤੇ ਸਾਰੇ ਲੋਕਾਂ ਨੂੰ ਬਚਾ ਲਿਆ। ਅਤੇ ਇੰਦਰ ਨੂੰ ਸਮਝ ਆਈ ਵੀ ਜਿਹਨੇ ਪਹਾੜ ਚੁੱਕ ਲਿਆ ਨਾ, ਜਿਹਨੇ ਪਹਾੜ ਚੁੱਕ ਲਿਆ, ਇਹ ਮੇਰੇ ਤੋਂ ਵੀ ਡਾਢਾ ਹੈ ਕੋਈ, ਇਹ ਕੋਈ ਤਗੜਾ ਹੈ। ਫਿਰ ਉਹਨੇ ਆਪਣੇ ਧਿਆਨ ਨਾਲ ਵੇਖਿਆ ਵੀ ਇਹ ਤਾਂ ਪਰਮੇਸ਼ੁਰ ਦੀ ਭਗਤੀ ਕਰਨ ਵਾਲਾ, ਭਗਤੀ ਦਾ ਪ੍ਰਚਾਰ ਕਰਨ ਵਾਲਾ, ਉਹਦਾ ਅਵਤਾਰ ਹੈ। ਅਤੇ ਫਿਰ ਆ ਕੇ ਪੈਰੀਂ ਪੈ ਗਿਆ, ਇੰਦਰ ਨੇ ਮਾਫ਼ੀ ਮੰਗੀ, ਇੰਦਰ ਸ਼ਰਣੀ ਪੈ ਗਿਆ, ਕਿਉਂਕਿ ਗੁਰਬਾਣੀ 'ਚ ਗੁਰੂ ਨਾਨਕ ਸਾਹਿਬ ਕਹਿੰਦੇ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰੇ, ਇੰਦਰ ਆਦਿਕ ਦੇਵਤੇ ਤਾਂ ਪਰਮੇਸ਼ੁਰ ਦੇ ਭੈ ਵਿੱਚ ਵਿਚਰਦੇ ਹਨ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਸੇ ਤਰ੍ਹਾਂ ਬਚਨ ਆਉਂਦਾ ਖਾਲਸਾ ਜੀ, ਦਮਦਮਾ ਸਾਹਿਬ ਸਾਬੋ ਕੀ ਤਲਵੰਡੀ, 10ਵੇਂ ਪਾਤਸ਼ਾਹ ਕਲਗੀਧਰ ਜੀ ਦੇ ਚਰਨਾਂ 'ਚ ਭਾਈ ਡੱਲੇ ਨੇ ਅਤੇ ਮਾਲਵੇ ਦੇ ਬਰਾੜਾ ਨੇ ਬੇਨਤੀ ਕੀਤੀ, ਮਹਾਰਾਜ ਮੀਂਹ ਨਹੀਂ ਪੈ ਰਿਹਾ, ਬੜੇ ਦਿਨ ਹੋ ਗਏ ਨੇ, ਉਧਰੋਂ ਖੇਤਾਂ ਦੇ ਵਿੱਚ ਹਲ ਵਾਹਣੇ ਨੇ, ਫਸਲ ਬੀਜਣ ਦਾ ਟਾਈਮ ਲੰਘਦਾ ਜਾ ਰਿਹਾ, ਮੀਂਹ ਪਵਾ ਦਿਓ। 10ਵੇਂ ਪਾਤਸ਼ਾਹ ਟਾਲਦੇ ਰਹੇ, 1 ਦਿਨ 2 ਦਿਨ ਹਫ਼ਤਾ ਲੰਘ ਗਿਆ ਅਤੇ ਜੱਟ ਇਕੱਠੇ ਹੋ ਗਏ, ਕਹਿੰਦੇ ਮਹਾਰਾਜ ਮੀਂਹ ਪਵਾਓ ਨਹੀਂ ਤਾਂ ਅਸੀਂ ਮਰ ਜਾਵਾਂਗੇ। ਡੱਲਾ ਕਹਿੰਦਾ, ਮਹਾਰਾਜ ਮੀਂਹ ਪਵਾਓ, ਬਹੁਤ ਬੁਰਾ ਹਾਲ ਹੈ ਸਾਡਾ, ਮੀਂਹ ਪਵਾਓ। ਮਹਾਰਾਜ ਕਹਿੰਦੇ, ਮੀਂਹ ਮੈਂ ਕਿਹੜਾ ਕੁੱਖੜ ਚੁੱਕਿਆ ਹੋਇਆ। ਸਤਿਗੁਰਾਂ ਦੇ ਬਚਨ ਆਉਂਦੇ ਸੂਰਜ ਪ੍ਰਕਾਸ਼ ਵਿੱਚ, ਮਹਾਰਾਜ ਕਹਿੰਦੇ, ਮੀਂਹ ਅਸੀਂ ਕੁੱਛੜ ਚੁੱਕਿਆ ਹੋਇਆ? ਕਹਿੰਦਾ, ਨਹੀਂ ਮਹਾਰਾਜ, ਤੁਸੀਂ ਕੁੱਛੜੀ ਚੁੱਕਿਆ ਹੋਇਆ, ਕਿਉਂ? ਵੱਡਿਆਂ ਦੇ ਵਿੱਚ ਬੜਾ ਬਲ ਹੁੰਦਾ, ਤੁਸੀਂ ਪਵਾ ਸਕਦੇ ਹੋ। ਜਦੋਂ ਉਹਨੇ ਪੂਰੇ ਵਿਸ਼ਵਾਸ ਨਾਲ ਕਿਹਾ ਨਾ, ਅਤੇ ਕਲਗੀਧਰ ਕਹਿੰਦੇ, ਆ ਸਾਡਾ ਜੋੜਾ ਚੁੱਕ ਲਾ ਅਤੇ ਡੱਲਿਆ ਜੁੱਤੀ ਲੈ ਕੇ ਨਾ, ਇੰਦਰ ਨੂੰ ਕਹਿ ਵੀ ਆਹ ਜੁੱਤੀ ਪਏਗੀ, ਮੀਂਹ ਪਾ ਦੇ। ਡੱਲਾ ਵਿਸ਼ਵਾਸ ਬੜਾ ਕਰਦਾ ਸੀ ਸਤਿਗੁਰਾਂ ਦੇ ਬਚਨ 'ਤੇ, ਜੋੜਾ ਚੁੱਕ ਲਿਆ ਅਤੇ ਕਹਿਣ ਲੱਗਾ, ਇੰਦਰਾ ਵੇਖ ਲਾ, ਜੁੱਤੀ 10ਵੇਂ ਪਾਤਸ਼ਾਹ ਦੀ ਹੈ, ਮੀਂਹ ਪਾ, ਹੁਣੇ ਹੀ ਪਾ। ਅਜੇ ਇੱਦਾਂ ਕਹਿਣ ਦੀ ਦੇਰ ਸੀ ਨਾ, ਕਾਲੇ ਬੋਲੇ ਬੱਦਲ ਛਾ ਗਏ ਅਤੇ ਮੋਹਲੇ ਧਾਰ ਵਰਖਾ ਲੱਗ ਗਈ। ਵਰਖਾ ਲੱਗੀ, ਕਹਿੰਦੇ ਨਾ ਦਿਨੇ ਹਟੇ ਨਾ ਰਾਤੀਂ, 7 ਦਿਨ ਅਤੇ 7 ਰਾਤਾਂ ਲਗਾਤਾਰ ਮੀਂਹ ਪੈਂਦਾ ਰਿਹਾ। ਛੱਪੜ ਭਰ ਗਏ, ਖੂਹ ਭਰ ਗਏ, ਗਲੀਆਂ ਭਰ ਗਈਆਂ, ਖੇਤ ਭਰ ਗਏ, ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ, ਪਾਣੀ ਪਾਣੀ ਹੋ ਗਿਆ, ਫਲੱਡ ਆ ਗਏ। 7ਵੇਂ ਦਿਨ ਤੰਗ ਆ ਕੇ ਸਾਰੇ ਬਰਾੜ ਮਹਾਰਾਜ ਕੋਲ ਆ ਕੇ ਕਹਿੰਦੇ, ਡੱਲਾ ਮੋਹਰੀ ਹੋ ਕੇ ਬੋਲਿਆ, ਕਹਿੰਦਾ ਮਹਾਰਾਜ ਮੀਂਹ ਹਟਾਓ। ਮਹਾਰਾਜ ਕਹਿੰਦੇ, ਹੁਣ ਕਿਵੇਂ ਹਟੇਗਾ, ਤੁਸੀਂ ਆਪੇ ਕਹਿੰਦੇ ਸੀ ਮੀਂਹ ਪਵਾਓ, ਮੀਂਹ ਪਵਾਓ, ਜੇ ਪੈਣ ਲੱਗਿਆ ਤਾਂ ਹੁਣ ਪਈ ਜਾਣ ਦਿਓ। ਕਹਿੰਦੇ, ਨਾ ਮਹਾਰਾਜ, ਹਟਦਾ ਹੀ ਕੋਈ ਨਹੀਂ। ਮਹਾਰਾਜ ਕਹਿੰਦੇ, ਫਿਰ ਇੱਦਾਂ ਕਰ, ਸਾਡੀ ਜੁੱਤੀ ਚੁੱਕ ਲਓ, ਇੰਦਰ ਨੂੰ ਕਹਿ ਵੀ ਮੀਂਹ ਹਟਾ ਦੇ। ਡੱਲਾ ਜੋੜਾ ਲੈ ਕੇ ਬਾਹਰ ਆਇਆ, ਕਹਿੰਦਾ, ਇੰਦਰਾ ਮੀਂਹ ਬੰਦ ਕਰ ਦੇ, ਜੁੱਤੀ ਵੇਖ ਲਾ 10ਵੇਂ ਪਾਤਸ਼ਾਹ ਦੀ। ਉਸੇ ਵੇਲੇ ਮੀਂਹ ਬੰਦ ਹੋ ਗਿਆ। ਖਾਲਸਾ ਜੀ, ਸ੍ਰੀ ਮਾਨ ਸੰਤ ਬਾਬਾ ਕਰਮ ਸਿੰਘ ਜੀ ਡੰਡਿਆਂ ਵਾਲੇ ਬੁੱਢੇ ਦਲ ਦੇ ਜਥੇਦਾਰ ਹੋਏ ਆ, 125 ਸਾਲ ਉਮਰ ਹੋਈ ਮਹਾਂਪੁਰਸ਼ਾਂ ਦੀ, ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਹੈ। ਮੈਂ ਉਹਨਾਂ ਦੀ ਸੰਗਤ ਮਹਾਂਪੁਰਸ਼ਾਂ ਦੀ ਕੀਤੀ, ਉਹ ਬਚਨ ਸੁਣਾਉਂਦੇ ਸੀ, ਜਦੋਂ ਕਿਤੇ ਮਾਝੇ ਦੇ ਵਿੱਚ ਜਾਂ ਕਿਤੇ ਵੀ ਉਹਨਾਂ ਨੇ ਜਾਣਾ, ਪਿੰਡਾਂ 'ਚ ਬੀਰ ਸਿੰਘਾਂ ਨੇ ਆਖਣਾ, ਬਾਬਾ ਜੀ ਮੀਂਹ ਪਵਾ ਦਿਓ, ਅਤੇ ਬਾਬਾ ਕਰਮ ਸਿੰਘ ਨੇ ਆਖਣਾ, ਸਾਧ ਸੰਗਤ ਜੀ ਬੈਠ ਜਾਓ, ਸਾਰੀ ਸੰਗਤ ਨੇ ਬਹਿ ਜਾਣਾ।
ਬਾਬੇ ਕਰਮ ਸਿੰਘ ਡੰਡਿਆਂ ਵਾਲੇ ਨੇ ਇਹ ਸਾਖੀ ਸੁਣਾਉਣੀ ਜਿਹੜੀ ਡੱਲੇ ਨਾਲ ਦਮਦਮੇ ਸਾਹਿਬ ਹੋਈ, ਵੀ ਕਲਗੀਧਰ ਪਾਤਸ਼ਾਹ ਨੇ ਡੱਲੇ ਨੂੰ ਆਖਿਆ ਸੀ ਜੁੱਤੀ ਚੁੱਕ ਲੈ ਅਤੇ ਇੰਦਰ ਨੂੰ ਦਬਕਾ ਮਾਰ ਦੇ ਵੀ ਜੁੱਤੀ ਵੇਖ ਲੈ ਮੀਂਹ ਪਾਉਂਦਾ ਕਿ ਨਹੀਂ ਪਾਉਂਦਾ। ਬਾਬੇ ਕਰਮ ਸਿੰਘ ਨੇ ਸਾਰੀ ਸਾਖੀ ਸੁਣਾ ਕੇ ਨਾ ਅਤੇ ਬਾਅਦ 'ਚ ਆਖਣਾ ਖਾਲਸਾ ਜੀ ਤੁਸੀਂ ਹੁਣ ਇੱਕ ਸਿੰਘ ਉੱਠੋ ਅਤੇ ਜੋੜਾ ਲੈ ਲਓ ਅਤੇ ਉਹਨੂੰ ਕਹਿ ਦਿਓ ਵੀ ਇੰਦਰਾ ਦਸਵੇਂ ਪਾਤਸ਼ਾਹ ਦਾ ਪਤਾ ਹੈ ਨਾ ਜੁੱਤੀਆਂ ਕਿੰਨੀਆਂ ਮਾਰਦਿਆਂ ਮੀਂਹ ਪਾ ਦੇ। ਕਹਿੰਦੇ ਉਸੇ ਵੇਲੇ ਹੀ ਬਾਬਾ ਜੀ ਦਾ ਬਚਨ ਹੋਣਾ, ਸਿੰਘ ਨੇ ਉੱਦਾਂ ਹੀ ਕਹਿ ਦੇਣਾ ਅਤੇ ਉੱਥੇ ਮੀਂਹ ਪੈ ਜਾਣਾ ਅਤੇ ਜਦੋਂ ਮੀਂਹ ਜ਼ਿਆਦਾ ਹੋ ਜਾਣਾ ਨਾ ਤਾਂ ਬਾਬੇ ਨੇ ਆਖਣਾ, ਸਿੰਘਾਂ ਨੇ ਆਖਣਾ ਬਾਬਾ ਜੀ ਹੁਣ ਮੀਂਹ ਬੰਦ ਨਹੀਂ ਹੁੰਦਾ। ਹੁਣ ਸਿੰਘ ਨੂੰ ਕਹਿਣਾ ਇਹਨਾਂ ਨੂੰ ਕਹੋ ਵੀ ਫਿਰ ਇੰਦਰਾ ਜੁੱਤੀ ਦਸਵੇਂ ਪਾਤਸ਼ਾਹ ਦੀ ਆ ਵੇਖ ਲਾ, ਉਸੇ ਵੇਲੇ ਫਿਰ ਮੀਂਹ ਬੰਦ ਹੋ ਜਾਣਾ। ਖਾਲਸਾ ਜੀ ਇਹ ਤਾਂ ਜਿੰਨੇ ਦੇਵੀ ਦੇਵਤੇ ਹਨ ਹੈਨ ਸਾਡੇ ਲਈ ਸਤਿਕਾਰਯੋਗ ਹੀ ਹਨ, ਪਰ ਵੱਡਾਢੇ ਦੇ ਅੱਗੇ ਜ਼ੋਰ ਨਹੀਂ ਚੱਲਦਾ, ਉਹ ਕਲਗੀਧਰ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ